ਸਸਕਾਲ ਦੋਸਤੋ ਦੋਸਤੋ ਜੇ ਤੁਹਾਡਾ ਓਪਨ ਵਰਕ ਪਰਮਿਟ ਸਟੈਂਪ ਹੋ ਚੁੱਕਿਆ ਤੇ ਤੁਸੀਂ ਵੀ ਪਲਾਨ ਕਰ ਰਹੇ ਹੋ ਆਫ ਦੀ ਵਾਈਫ ਕੋਲੇ ਆਫ ਦੀ ਸਪਾਊਸ ਕੋਲੇ ਕੈਨੇਡਾ ਆਉਣ ਦਾ ਤਾਂ ਇਹ ਵੀਡੀਓ ਤੁਹਾਡੇ ਲਈ ਆ ਕਾਫੀ ਨੌਲੇਜ ਵਾਲੀ ਹੋ ਸਕਦੀ ਹੈ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰ ਸਕਦੀ ਹੈ ਦੋਸਤੋ ਅੱਜ ਤੋਂ 4-5 ਦਿਨ ਪਹਿਲਾਂ ਇੱਕ ਕੈਂਡੀਡੇਟ ਮੇਰੇ ਬ੍ਰੈਂਪਟਨ ਆਫਿਸ ਮੇਰੇ RCIC ਮੈਂਬਰਸ ਦੀ ਟੀਮ ਨੂੰ ਮਿਲਣ ਦੇ ਲਈ ਆਇਆ ਉਹਦੇ ਸਵਾਲ ਸੀ ਤਾਂ ਉਹਨੇ ਪੁੱਛਣਾ ਸੀ ਆਪਦੇ ਕੇਸ ਬਾਰੇ ਤਾਂ ਜਦੋਂ ਉਹਦੇ ਅਸੀਂ ਪ੍ਰੋਫਾਈਲ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੈਂ ਓਪਨ ਵਰਕ ਪਰਮਿਟ ਤੇ ਕੈਨੇਡਾ ਲੈਂਡ ਕੀਤਾ ਸੀ ਪੀਅਰਸਨ 에ਰਪੋਰਟ ਮਿਸਿਸਾਗਾ ਬਟ ਸੀਬੀਐਸਏ ਦੇ ਅਫੀਸਰ ਨੇ ਸਵਾਲ ਪੁੱਛੇ ਤਾਂ ਸਾਡੀ ਕਨਵਰਸੇਸ਼ਨ ਦੌਰਾਨ ਮੈਂ ਉਹਨੂੰ ਦੱਸਿਆ ਕਿ ਮੇਰੀ ਵਾਈਫ ਨੇ ਹੁਣੇ-ਹੁਣੇ ਬੱਚੇ ਨੂੰ ਜਨਮ ਦਿੱਤਾ ਤਾਂ ਸੀਬੀਐਸਏ ਅਫੀਸਰ ਦਾ ਅਗਲਾ ਸਵਾਲ ਸੀ ਜੇ ਬੱਚੇ ਨੂੰ ਜਨਮ ਦਿੱਤਾ ਤਾਂ ਕਾਲਜ ਕਿਵੇਂ ਪੜ੍ਹਦੀ ਆ ਤਾਂ ਉਹਨਾਂ ਨੇ ਦੱਸਿਆ ਕਿ ਜੀ ਡ੍ਰੌਪ ਤੇ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਈ ਕਮਿਸ਼ਨ ਡੈਲਹੀ ਹਾਈ ਕਮਿਸ਼ਨ ਕੈਨੇਡਾ ਤੋਂ ਬਾਅਦ ਇੱਕ ਅਥਾਰਟੀ ਹੋਰ ਹੁੰਦੀ ਆ ਜਿਨੂੰ ਤੁਸੀਂ ਬਾਰਡਰ ਏਜੰਸੀਜ਼ ਕਹਿੰਦੇ ਆ ਜਿਹਦੇ ਕੋਲੇ ਫੁੱਲ ਫਲੱਜ ਅਥਾਰਟੀ ਹੁੰਦੀ ਆ ਤੁਹਾੰਦਾ ਤੁਹਾਡੇ ਡਾਕੂਮੈਂਟਸ ਚੈੱਕ ਕਰਨ ਦੀ ਤੁਹਾਡੇ ਡਾਕੂਮੈਂਟਸ ਚੈੱਕ ਕਰਕੇ ਉਹਨਾਂ ਵਿੱਚ ਕੋਈ ਗਲਤੀ ਲੱਭਣ ਤੋਂ ਬਾਅਦ ਤੁਹਾਡਾ ਸਟੇਟਸ ਚੇਂਜ ਕਰ ਦਿੱਤੇ। ਤੁਹਾਡਾ ਵੀਜ਼ਾ ਕੈਨਸਲ ਕਰਕੇ ਤੁਹਾਨੂੰ ਵਾਪਸ ਭੇਜਣ ਤੱਕ ਦੀ ਹਰ ਅਥਾਰਟੀ ਉਹਦੇ ਕੋਲੇ ਹੁੰਦੀ ਆ। ਸੋ ਉਸ ਆਫੀਸਰ ਨੇ ਆਫ ਦੀ ਪਾਵਰ ਨੂੰ ਯੂਜ਼ ਕਰਦੇ ਹੋਏ ਉਹਨੂੰ ਇਨ ਐਲੀਜੀਬਲ ਕਰਾਰ ਦਿੱਤਾ। ਉਹਨਾਂ ਨੇ ਇਨ ਐਲੀਜੀਬਲ ਦੱਸ ਕੇ ਕਿਉਂ? ਕਿਉਂਕਿ ਜੇ ਤੁਹਾਡਾ ਸਪਾਊਸ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਉਸ ਸਮੇਂ ਉਹ ਅਨਰੋਲ ਨਹੀਂ ਗਾ ਤਾਂ ਤੁਸੀਂ ਇਨ ਐਲੀਜੀਬਲ ਹੋ ਜਾਂਦੇ ਹੋ ਐਜ਼ ਆ ਓਪਨ ਵਰਕ ਪਰਮਿਟ ਸਟੇਟਸ ਦੇ ਉੱਤੇ ਕੈਨੇਡਾ ਲੈਂਡ ਕਰਨ ਦੇ ਵਿੱਚ ਬਾਟ ਉਹ ਇਥੇ ਪਹੁੰਚ ਸਕਿਆ ਸੀ ਤੇ ਵੀਜ਼ਾ ਅਫਸਰ ਨੇ ਉਹਨੂੰ ਉਹਦਾ ਓਪਨ ਵਰਕ ਪਰਮਿਟ ਦਾ ਸਟੇਟਸ ਆ ਚੇਂਜ ਕਰਕੇ ਵਿਸਟਰ ਵੀਜ਼ਾ ਸਟੇਟਸ ਦੇ ਉੱਤੇ ਕਰਤਾ ਤੇ ਉਹ اسی ਇਨਫੋਰਮੇਸ਼ਨ ਦੇ ਲਈ ਹੀ ਮੇਰੇ ਕੋਲੇ ਆਫਿਸ ਆਇਆ ਸੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਲੈਂਡ ਕਰੋ ਤੇ CBSA ਦਾ ਅਫਸਰ ਤੁਹਾਡੇ ਤੋਂ ਕੋਈ ਸਵਾਲ ਪੁੱਛ ਸਕਦਾ ਜੇ ਉਹਨਾਂ ਸਵਾਲਾਂ ਦੌਰਾਨ ਤੁਸੀਂ ਇਨ ਅਲੀਜੀਬਲ ਪਾਏ ਜਾਂਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿਉਂ ਕੈਂਡੀਡੇਟ ਪਾਇਆ ਗਿਆ ਤਦ ਵੀਜ਼ਾ ਆਫੀਸਰ ਤੁਹਾਡੇ ਸਟੇਟਸ ਨੂੰ ਚੇਂਜ ਕਰ ਸਕਦਾ ਸੋ ਗੌਰ ਰੱਖਿਓ ਜਦੋਂ ਤੁਸੀਂ ਕੈਨੇਡਾ ਆਓ ਤਾਂ ਤੁਹਾਡਾ ਜਿਹੜਾ ਸਪਾਊਸ ਕੈਨੇਡਾ ਪੜ ਰਿਹਾ ਉਹ ਕਾਲਜ ਦੇ ਵਿੱਚ ਅਨਰੋਲ ਹੋਣਾ ਚਾਹੀਦਾ ਧੰਨਵਾਦ ਦੋਸਤੋ